ਸਤਿ ਸ਼੍ਰੀ ਅਕਾਲ ਜੀ, ਵੈਲਕਮ। ਅੱਜ ਤੁਹਾਡਾ ਮੇਰੇ ਜਨਮਬੀ ਸਟਾਈਲਿਸ਼ ਦੀ, ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਆ ਜਿਹੜੇ ਰੈਡੀ ਸੂਟ ਸ਼ੇਅਰ ਕਰ ਰਹੇ ਹਾਂ। ਸੋ ਇਹ ਜਿਵੇਂ ਕਿ ਤੁਸੀਂ ਸਾਨੂੰ ਪਿਛਲੇ ਵੀਡੀਓ ਦੇ ਵਿੱਚ ਬਹੁਤ ਸਾਰਾ ਸਾਰਿਆਂ ਨੇ ਪਿਆਰ ਦਿੱਤਾ, ਸਾਰਿਆਂ ਨੂੰ ਬਹੁਤ ਪਸੰਦ ਆਇਆ ਕਿ ਤੁਸੀਂ ਇਸ ਤਰ੍ਹਾਂ ਸੂਟਸ ਆ ਜਿਹੜੇ ਪਾਇਆ ਕਰੋ, ਤਾਂ ਜੋ ਜਿਨ੍ਹਾਂ ਨੇ ਜਲਦੀ ਲੈਣੇ ਉਹਨਾਂ ਨੂੰ ਈਜ਼ੀ ਹੋ ਜਾਏ ਕਿ ਕਿਸ ਤਰ੍ਹਾਂ ਜੋ ਬਣਿਆ ਹੈਗਾ ਸੂਟ। ਕਈ ਕਸਟਮਰ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਵੀ ਕਲਰ ਕੰਬੀਨੇਸ਼ਨ ਦਾ ਇੰਨਾ ਨਹੀਂ ਪਤਾ ਲੱਗਦਾ ਕਿਸ ਕਲਰ 'ਤੇ ਕਿਸ ਟਾਈਪ ਦਾ ਜਿਹੜਾ ਵਰਕ ਆ ਸਹੀ ਲੱਗੇਗਾ। ਸੋ ਉਸ ਨਾਲ ਹੀ ਵੀ ਆਸਾਨ ਹੈ ਕਿ ਤੁਸੀਂ ਸੂਟ ਦੇਖੋ ਤਾਂ ਉਹਨੂੰ ਐਜ਼ ਇਟ ਇਜ਼ ਆ ਜਿਹੜਾ ਪਿੱਕ ਕਰ ਲਓ। ਸੋ ਕੁਛ ਕੁ ਸੂਟ ਹੈ ਜੀ ਜਿਹੜੇ ਅਸੀਂ ਜਿਵੇਂ ਵੀਡੀਓਜ਼ ਦੇ ਵਿੱਚ ਪਾਉਣੇ ਆ। ਅੱਜ ਫਿਰ ਮੈਂ ਰਿਕੁਐਸਟ ਕਰਦੀ ਹਾਂ ਕਿ ਬਹੁਤ ਸਾਰੇ ਕਸਟਮਰ ਆ ਜਿਹੜੇ ਹੋਲਡ ਕਰਾ ਲੈਂਦੇ ਆ, ਸਾਡੇ ਕੋਲ ਮੈਸੇਜਸ ਇੰਨੇ ਹੁੰਦੇ ਆ ਕਿ ਸਾਨੂੰ ਪਤਾ ਨਹੀਂ ਚੱਲਦਾ ਕਿਸਨੇ ਹੋਲਡ ਕਰਵਾਇਆ ਸੀ ਜਾਂ ਇਹਨੂੰ ਦੁਬਾਰਾ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਤਾਂ ਕੋਈ ਰਿਪਲਾਈ ਨਹੀਂ ਆਉਂਦਾ। ਸੋ ਤੁਹਾਨੂੰ ਵਿਦ ਪ੍ਰਾਈਜ਼ ਇਸੇ ਲਈ ਦੱਸੀਦਾ ਕਿ ਤੁਸੀਂ ਪ੍ਰਾਈਜ਼ ਜਾਣ ਕੇ ਨਾਲ ਦੀ ਨਾਲ ਜਿਹੜਾ ਹੋਲਡ ਕਰਵਾ ਸਕੋ। ਹੁਣ ਪਲੀਜ਼ ਰਿਕੁਐਸਟ ਹੀ ਹੈ ਮੇਰੀ ਸਾਰਿਆਂ ਨੂੰ ਕਿ ਤੁਸੀਂ ਜਿਨ੍ਹਾਂ ਨੇ ਵੀ ਸੂਟ ਲੈਣੇ ਆ ਆਪਦਾ ਕਨਫਰਮ ਕਰਕੇ ਹੀ ਹੋਲਡ ਕਰਵਾਇਓ, ਕਿਉਂਕਿ ਸਾਨੂੰ ਵਾਰ ਵਾਰ ਉਹੀ ਸੂਟ ਹੈ ਜਿਹੜੀ ਵੀਡੀਓ ਵਿੱਚ ਅਸੀਂ ਪਾਉਣੇ ਆ ਤਾਂ ਚੰਗਾ ਨਹੀਂ ਲੱਗਦਾ। ਸੋ ਬਹੁਤ ਸਾਰੇ ਜਿਹੜੇ ਕਸਟਮਰ ਹੈ ਉਹ ਰਹਿ ਵੀ ਜਾਂਦੇ ਆ, ਕਿਉਂਕਿ ਬਹੁਤ ਸਾਰਿਆਂ ਨੂੰ ਅਸੀਂ ਜਦੋਂ ਤੁਸੀਂ ਹੋਲਡ ਕਰਾ ਲੈਂਦੇ ਹਾਂ ਉਹ 'ਤੇ ਸਾਨੂੰ ਪਿੱਛੋਂ ਜਿਹੜਾ ਮੈਸੇਜਸ ਆਉਂਦੇ ਆ ਕਿ ਤੁਸੀਂ ਇਹ ਸੂਟ ਹੈ, ਅਸੀਂ ਕਹਿ ਦਿੰਦੇ ਹਾਂ ਜੀ ਇਹ ਸੋਲਡ ਆਊਟ ਹੈ। ਸੋ ਬਹੁਤ ਸਾਰੇ ਕਸਟਮਰ ਜਿਹੜੇ ਰਹਿ ਜਾਂਦੇ ਆ ਅਤੇ ਦੁਬਾਰਾ ਸਾਨੂੰ ਨਹੀਂ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਇੰਨੇ ਸਾਰੇ ਮੈਸੇਜਸ ਦੇ ਵਿੱਚ ਕਿ ਕਿੰਨਾ ਨੇ ਪੁੱਛਿਆ ਸੀ ਸਾਨੂੰ। ਸੋ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਉਹੀ ਹੋਲਡ ਕਰਾਉਣ ਜਿਨ੍ਹਾਂ ਨੇ ਲੈਣਾ ਹੈਗਾ। ਸੋ ਆਪਾਂ ਜੀ ਸਟਾਰਟ ਕਰਦੇ ਹੈਗੇ ਹਾਂ ਬੋਟਲ ਗ੍ਰੀਨ ਕਲਰ ਤੋਂ। ਸੋ ਕੁਛ ਸੂਟ ਇਹ ਆਪਣੇ ਕੋਲ ਨਵੇਂ ਹੈਗੇ ਆ, ਬਹੁਤ ਹੀ ਫਾਈਨ ਜੋਰਜਟ ਅਸੀਂ ਲਗਾਉਂਦੇ ਹਾਂ ਜੀ। ਪਿਓਰ ਜੋਰਜਟ ਨਹੀਂ ਹੁੰਦਾ ਇਹ, ਕਿਉਂਕਿ ਪਿਓਰ ਜੋਰਜਟ ਆ ਜਿਹੜਾ 5000 ਦਾ ਸੂਟ ਆਉਂਦਾ ਹੈਗਾ ਵਿਦ ਡਾਈ ਕਰਕੇ। ਸੋ ਇਹ ਆਪਾਂ ਤੁਹਾਨੂੰ ਦਿੰਦੇ ਹਾਂ। ਬਹੁਤ ਸਾਰੇ ਕੁਸ਼ਚਨ ਹੁੰਦੇ ਆ ਜੀ ਪਿਓਰ ਜੋਰਜਟ ਹੈ, ਪਿਓਰ ਜੋਰਜਟ ਨਹੀਂ ਹੈਗੀ ਜੀ, ਇਹ ਫਾਈਨ ਕੁਆਲਿਟੀ ਦੀ ਜੋਰਜਟ ਹੁੰਦੀ ਹੈ। ਇਸ ਤਰ੍ਹਾਂ ਇਹ ਫਰੰਟ ਬਣਿਆ ਹੋਇਆ, ਇਹਦਾ ਬੈਕ ਬਣੀ ਹੋਈ ਹੈ ਜੀ ਔਰ ਬਾਜੂ ਬਣੀ ਹੋਈ ਹੈ। ਸੋ ਇਹ ਹੈਗਾ ਜੀ 4800। ਇਹ ਹੈਗਾ ਜੀ ਬਾਦਲਾ ਵਿਦ ਮਸ਼ੀਨ ਐਮਬਰਾਇਡਰੀ, ਇਹਦਾ ਜਿਹੜਾ 44 ਲੈਂਥ ਦੇ ਅਕੋਰਡਿੰਗ ਆ ਇਹ ਸੂਟ ਬਣਿਆ ਹੋਇਆ ਜੀ। ਘੇਰਾ ਤੁਸੀਂ 22 ਤੋਂ 24 ਵੀ ਬਣਾ ਸਕਦੇ ਹੋ। ਸੋ ਇਹ ਅਸੀਂ ਕਿਸੇ ਦਾ ਮੈਜ਼ਰਮੈਂਟ ਆ ਜਿਹੜਾ ਜ਼ਿਆਦਾ ਬਣ ਗਿਆ ਸੀ, ਸੋ ਇਸੇ ਲਈ ਇਹ ਸੂਟ ਆ ਜਿਹੜਾ ਸਾਡੇ ਕੋਲ ਰੈਡੀ ਪਿਆ ਹੈਗਾ। ਸੋ ਤੁਸੀਂ ਇਹਨੂੰ ਪਿੱਕ ਕਰ ਸਕਦੇ ਹੋ। ਇਸ ਤਰ੍ਹਾਂ ਡਬਲ ਡਾਈ ਸ਼ਰਟ ਹੈਗਾ ਜੀ, ਇਹਦੇ ਇਸ ਤਰ੍ਹਾਂ ਬਾਜੂ ਬਣੇ ਹੋਏ ਆ ਡਾਰਕ ਸ਼ੇਡ ਦੇ ਵਿੱਚ ਔਰ ਬੋਟਮ ਵੀ ਇਹਦੀ ਡਾਰਕ ਹੈਗੀ ਆ। ਬਹੁਤ ਹੀ ਪਿਆਰਾ ਸੂਟ ਹੈ ਔਰ ਦੁਪੱਟਾ ਜਿਹੜਾ ਡਬਲ ਡਾਈ ਹੈ। ਇਸ ਤਰ੍ਹਾਂ ਪੱਲੇ ਡਾਰਕ ਹੈਗੇ ਆ, ਵਿੱਚੋਂ ਲਾਈਟ ਹੈ। ਸੋ ਬਹੁਤ ਹੀ ਪਿਆਰਾ ਜਿਹੜਾ ਇਹਦਾ ਹੈਗਾ, ਇਹ ਹੈਗਾ 10000। ਔਰ ਇਹ ਹੈਗਾ ਜੀ ਜਿਵੇਂ 2x2 'ਤੇ ਬਣਿਆ ਹੋਇਆ ਕੋਟਨ ਹੈ, ਪਿੰਟੈਕਸ ਹੋਏ ਵੇ ਇਹਦੇ ਸੈਂਟਰ ਦੇ ਵਿੱਚ, ਸਾਈਡਸ 'ਤੇ ਵੇਲਸ ਬਣਦੀਆਂ। ਸੋ ਇਹ ਸੂਟ ਹੈਗਾ ਜੀ 4500 ਦਾ, 4500 ਦਾ ਸੂਟ ਹੈ ਜੀ ਇਹ। ਇਹ ਬੋਟਲ ਗ੍ਰੀਨ ਤੋਂ ਥੋੜ੍ਹਾ ਮੂੰਗਿਆ ਸ਼ੇਡ ਦੇ ਵਿੱਚ ਆ ਜਾਂਦਾ ਜੀ ਇਹ ਕਲਰ, ਇਸ 'ਤੇ ਔਰਗੈਂਜ਼ਾ ਲੱਗ ਕੇ ਨੀਚੇ ਵਰਕ ਹੋਇਆ ਹੋਇਆ, ਸਾਈਡਸ 'ਤੇ ਫਲਾਰ ਹੈਗੇ ਆ, ਉੱਪਰ ਸਾਰੇ ਫਲਾਰ ਹੈਗੇ ਆ। ਇਹ ਹੈਗਾ ਓਨਲੀ 3800 ਦਾ ਜੀ ਸੂਟ ਹੈ, ਬਾਜੂ 'ਤੇ ਵੀ ਵਰਕ ਕੀਤਾ ਹੋਇਆ ਜੀ ਇਹਦੇ ਇਸ ਤਰ੍ਹਾਂ। ਸੋ ਨੈਕਸਟ ਹੈਗਾ ਜੀ ਆਰੀ ਵਰਕ ਦਾ, ਇਹ ਸਕਿਨ ਜਿਹੜਾ ਮਿਲਟਰੀ ਸਕਿਨ ਸ਼ੇਡ 'ਚ ਆ ਜਾਂਦਾ ਜੀ ਇਹ ਇਸ ਤਰ੍ਹਾਂ, ਸਾਰੇ ਦੇ ਵਿੱਚ ਆਰੀ ਦਾ ਵਰਕ ਹੋਇਆ ਹੋਇਆ ਡਬਲ ਸ਼ੇਡ ਨਾਲ। ਸੋ ਇਹ ਹੈਗਾ 4800 ਦਾ ਜੀ ਸੂਟ ਹੈ ਓਨਲੀ। ਇਹ ਫਰੀ ਆਫ ਲੈਂਥ ਦੇ ਬਣੇ ਹੋਏ ਆ ਜੀ, ਜਿਵੇਂ ਇਹ ਡਿਜ਼ਾਈਨ ਸਾਡਾ ਸਾਰਿਆਂ ਨੇ ਬਹੁਤ ਪਸੰਦ ਕੀਤਾ। ਇਹ ਸ਼ਿਮਰ 'ਤੇ ਹੈ ਜੀ, ਇਹ ਵੀ 4800 ਦਾ ਜੀ, ਬਹੁਤ ਹੀ ਪਿਆਰਾ ਬੇਜ ਜਿਹਾ ਕਲਰ ਹੈ ਇਹ, ਨਾਲ ਅਸੀਂ ਇਸ ਤਰ੍ਹਾਂ ਵਰਕ ਕੀਤਾ ਹੋਇਆ।
ਇਹ ਹੈਗਾ ਜੀ ਪੀਚ ਕਲਰ। ਇਹ ਹੈਗਾ ਜੀ 4500 ਦਾ, ਕਿਉਂਕਿ ਇਹਦਾ ਸਟਾਫ ਉਸ ਤਰ੍ਹਾਂ ਦਾ ਜੀ। ਸੋ ਇਹ 4500 ਦਾ ਸੂਟ ਹੈ ਜੀ। ਇਹ ਹੈਗਾ ਜੀ ਗ੍ਰੇ ਕਲਰ ਦੇ ਵਿੱਚ, ਸੈਂਟਰ ਪੈਨਲ ਬਣਦੇ ਹੈਗੇ ਆ ਜੀ ਉੱਪਰ ਤੱਕ, ਔਰ ਔਰਗੈਨਿਕ ਇਹ ਕਾਟਨ ਹੈ। ਸੋ 3500 ਦਾ ਸੂਟ ਹੈ ਜੀ, ਓਨਲੀ ਸਮਰਸ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ। ਸੋ ਬਹੁਤ ਹੀ ਪਿਆਰਾ ਸੂਟ ਹੈ ਇਹ 3500 ਦੇ ਵਿੱਚ। ਇਹ ਸੂਟ ਸੀ ਜੀ ਜਿਹੜੇ ਆਪਾਂ ਹੋਲਡ ਕੀਤੇ ਹੋਏ ਸੀ, ਕਸਟਮਰ ਨੇ ਕਰਾਏ ਸੀ, ਪਰ ਬਾਅਦ ਦੇ ਵਿੱਚ ਉਹਨਾਂ ਦਾ ਕੋਈ ਇਸ ਤਰ੍ਹਾਂ ਜੀ ਘੇਰਾ ਬਣ ਕੇ ਬਲੈਕ ਕਲਰ ਦਾ, ਇਹਦੇ 'ਤੇ ਥਰੈਡ ਵਰਕ ਹੋਇਆ ਹੋਇਆ, ਔਰ ਇਹ ਕਾਟਨ ਲੇਲਨ ਹੈ ਜੀ ਸਟੱਫ ਆ ਜਿਹੜਾ ਫਾਈਨ ਵਾਲੀ, ਤੁਸੀਂ ਦੇਖ ਸਕਦੇ ਹੋ। ਲਾਈਨਿੰਗ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ। ਇਸ ਤਰ੍ਹਾਂ ਫਰੰਟ ਹੈ ਜੀ ਇਹਦਾ, ਔਰ ਬੈਕ 'ਤੇ ਸਾਰੇ 'ਤੇ ਬੂਟੀ ਹੈ ਜੀ ਇਹਦੇ ਇਸ ਤਰ੍ਹਾਂ। ਇਹ ਹੈਗਾ 4000 ਦਾ ਜੀ। ਨੈਕਸਟ ਹੈਗਾ ਜੀ ਬਿਲਕੁਲ ਲਾਈਟ ਫਰੋਜ਼ੀ ਸਕਾਈ ਸ਼ੇਡ ਹੈ। ਸੋ ਇਸ ਤਰ੍ਹਾਂ ਡਿਜ਼ਾਈਨ ਤੁਸੀਂ ਸ਼ਾਇਦ ਪਹਿਲਾਂ ਦੇਖਿਆ ਹੀ ਹੋਊਗਾ। ਸੋ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ, ਇਹ ਵੀ 3500 ਦਾ ਜੀ। ਇਸ ਡਿਜ਼ਾਈਨ ਨੂੰ ਜੀ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹੈ, ਸੋ ਸਾਰਿਆਂ ਨੂੰ ਬਹੁਤ ਪਸੰਦ ਆਇਆ। ਇਹ ਅਸੀਂ ਅਗੇਨ ਬਣਾਇਆ ਦੂਸਰੇ ਸ਼ੇਡ 'ਤੇ। ਸੋ ਇਹ ਸਕਾਈ ਕਲਰ ਹੈ ਜੀ, ਇਹਦੇ ਬੋਟਮ 'ਤੇ ਵੀ ਸਟਰੇਟ ਬੋਟਮ 'ਤੇ ਇਸ ਤਰ੍ਹਾਂ ਦਾ ਵਰਕ ਹੈ ਜੀ, ਇਹ ਦੇਖੋ। ਸੋ 3500 ਦਾ ਜੀ ਇਹ। ਇਹਦੇ ਬਾਜੂ ਹੈਗੇ ਆ ਜੀ, ਬਾਜੂ 'ਤੇ ਵੀ ਵਰਕ ਹੈ ਇਸ ਤਰ੍ਹਾਂ ਜੀ। ਸੋ ਪੀਚ ਹੈ ਜੀ ਇਹ, ਪੀਚ ਕਲਰ ਦੇ ਵਿੱਚ ਡਾਰਕ ਪੀਚ, ਪਿੱਛੇ ਦੇ ਜਿਹੜੀ ਹੈਗੀ ਆ ਬੂਟੀ ਹੈਗੀ ਆ। ਸੋ ਇਹ ਹੈਗਾ 4500 ਦਾ ਜੀ। ਇਹ ਹੈਗਾ ਜੀ ਸਕਿਨ ਕਲਰ ਦੇ ਵਿੱਚ ਓਨਲੀ 3500 ਦਾ ਜੀ। ਇਹ ਵੀ ਜਿਹੜਾ ਹੈਗਾ ਜੀ ਥਰਟੀ ਫਾਈਵ ਹੰਡਰਡ ਦਾ ਜੀ। ਔਰ ਇਹ ਕੁਛ ਹੈਗਾ ਜੀ ਪ੍ਰਿੰਟਡ ਸੂਟਸ। ਸੋ ਜਿਵੇਂ ਇਹ ਥੋੜ੍ਹਾ ਜਿਹਾ ਸਿਲਕ ਦੇ ਵਿੱਚ ਬਣਿਆ ਹੋਇਆ ਜੀ, ਇਹ ਦੁਪੱਟਾ ਟੈਬੀ ਦੇ ਵਿੱਚ ਹੈ, ਸੋਰੀ ਦੁਪੱਟੇ ਦੇ ਇਹਦੇ ਫੋਰ ਸਾਈਡ ਇਸ ਤਰ੍ਹਾਂ ਹੈਗਾ, ਡਿਜ਼ਾਈਨਿੰਗ ਬਣੀ ਹੋਈ ਹੈ। ਸ਼ਰਟ ਦੇ ਵਿੱਚ ਇਸ ਤਰ੍ਹਾਂ ਇਹ ਸ਼ਰਟ ਦਾ ਫਰੰਟ ਆ ਜਾਏਗਾ ਜੀ। ਇਹ 4500 ਦਾ ਸੂਟ ਹੈਗਾ, ਔਰ ਇਹਦੇ ਨਾਲ ਕਰੇਪ ਦੀ ਬੋਟਮ ਹੈ ਜੀ ਇਸ ਤਰ੍ਹਾਂ, ਬਹੁਤ ਹੀ ਪਿਆਰਾ ਸ਼ੇਡ ਹੈ ਇਹ। ਨੈਕਸਟ ਹੈਗਾ ਜੀ ਗ੍ਰੇ ਕਲਰ ਦੇ ਵਿੱਚ, ਇਹ ਕਰੇਪ ਦੇ ਵਿੱਚ ਹੈ। ਸੋ ਇਹ ਬਹੁਤ ਹੀ ਪਿਆਰੀ ਡਿਜੀਟਲ ਪ੍ਰਿੰਟਿੰਗ ਦੇ ਸੂਟ ਹੈਗੇ ਆ ਜੀ ਇਸ ਤਰ੍ਹਾਂ। ਇਹਦਾ ਘੇਰਾ ਬੰਦਾ ਵਿੱਚ ਸਾਰੇ ਦੇ ਵਿੱਚ ਸੈਲਫ ਹੈਗਾ, ਬਾਜੂ 'ਤੇ ਅਲੱਗ ਵਰਕ ਹੈਗਾ ਜੀ ਇਸ ਤਰ੍ਹਾਂ। ਸੋ ਇਹ ਤੁਸੀਂ ਸਟਿਚਿੰਗ ਕਰਵਾਉਣਾ ਚਾਹੋ ਤਾਂ ਸਟਿਚਿੰਗ ਵੀ ਕਰਵਾ ਸਕਦੇ ਹੋ। ਇਹ ਹੈਗੀ ਹੈ ਜੀ ਬੋਟਮ, ਔਰ ਇਹਦਾ ਦੁਪੱਟਾ ਇਸ ਤਰ੍ਹਾਂ ਫੋਰ ਸਾਈਡ ਆ ਜਿਹੜਾ ਦੁਪੱਟਾ ਹੈ ਜੀ, ਪੂਰੇ ਖੁੱਲ੍ਹੇ ਡੁੱਲੇ ਦੁਪੱਟੇ ਆ ਜੀ, ਇਹ ਚਨੌਨ ਦਾ ਦੁਪੱਟਾ ਹੈ ਇਸ ਤਰ੍ਹਾਂ। ਤੁਸੀਂ ਸਾਈਡ 'ਤੇ ਲੇਸ ਵੀ ਦੇ ਸਕਦੇ ਹੋ,
ਔਰ ਇਹ ਹੈਗਾ ਜੀ ਸ਼ਰਟ, ਮੈਂਗੋ ਸ਼ੇਡ ਦੇ ਵਿੱਚ ਹੈ, ਆਲ ਓਵਰ ਪ੍ਰਿੰਟਡ ਆ ਜਿਹੜਾ ਇਹ ਸ਼ਰਟ ਹੈਗਾ, ਸਾਰੇ ਦੇ ਵਿੱਚ ਇਹਦੇ ਵਿੱਚ ਪ੍ਰਿੰਟ ਹੈ ਇਸ ਤਰ੍ਹਾਂ ਦਾ। ਇਹਦੇ ਨਾਲ ਮੈਂਗੋ ਕਲਰ ਦੀ ਬੋਟਮ ਹੈ ਜੀ, ਇਹ ਜਾਰਜਟ ਦੇ ਵਿੱਚ ਹੈ, ਇਹ ਦੇਖੋ ਬਹੁਤ ਹੀ ਪਿਆਰਾ ਇਹਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ। ਔਰ ਦੁਪੱਟਾ ਹੈਗਾ ਇਹਦਾ ਇਸ ਤਰ੍ਹਾਂ, ਫੋਰ ਸਾਈਡਿਡ ਆ ਜਿਹੜਾ ਦੁਪੱਟਾ ਹੈ ਜੀ। ਇਹ ਜਾਰਜਟ ਦੇ ਵਿੱਚ ਸੀ ਜੀ, ਜਿਹੜਾ ਮੈਂਗੋ ਸ਼ੇਡ ਦੇ ਵਿੱਚ ਸੀ, ਇਹ ਦੁਬਾਰਾ ਫੇਰ ਹੈ ਜਿਹੜਾ ਟੈਬੀ ਦੇ ਵਿੱਚ ਹੈ। ਇਸ ਤਰ੍ਹਾਂ ਸ਼ਰਟ ਹੈ ਜੀ ਇਹਦੀ, ਸਾਰੀ ਸੀ ਗ੍ਰੀਨ ਸ਼ੇਡ ਦੇ ਵਿੱਚ, ਸਾਰੇ ਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਹੈ, ਡਿਜੀਟਲ ਪ੍ਰਿੰਟਿੰਗ। ਹੀ ਕਰੀਪ ਦੀ ਬੋਟਮ ਹੈ ਜੀ, ਔਰ ਸਾਰੇ ਦੁਪੱਟੇ ਔਰ ਸ਼ਰਟ ਹੈ ਜਿਹੜੇ ਪੂਰਾ ਜਿਹੜਾ ਇਹਦਾ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ, ਸਾਰੇ ਦੇ ਵਿੱਚ ਪ੍ਰਿੰਟਿੰਗ ਹੈ। ਸੋ 4500 ਦੇ ਹੈ ਜੀ ਸਾਰੇ। ਇਸ ਤਰ੍ਹਾਂ ਜਾਰਜਟ ਦੀ ਸ਼ਰਟ ਹੈ ਜੀ, ਜਿਵੇਂ ਕਿ ਸਾਰੇ ਬਹੁਤ ਕਿ ਪ੍ਰਿੰਟਡ ਸੂਟ ਤੁਸੀਂ ਦਿਖਾਓ, ਸੋ ਕਈ ਵਾਰ ਆਰਡਰ ਦੇ ਵਿੱਚ ਵੀ ਬਣ ਕੇ ਜਾਂਦੇ ਆ, ਉਹ ਤੁਹਾਨੂੰ ਦਿਖਾਉਂਦੇ ਨਹੀਂ ਤਾਂ ਜੋ, ਕਿਉਂਕਿ ਸਾਰਿਆਂ ਦਾ ਕੁਛ ਹੁੰਦਾ ਕਿ ਸਾਨੂੰ ਸੇਮ ਚਾਹੀਦਾ, ਸੇਮ ਉਹ ਚੀਜ਼ ਪੋਸੀਬਲ ਨਹੀਂ ਹੁੰਦੀ। ਸੋ ਇਸ ਲਈ ਅਸੀਂ ਪ੍ਰਿੰਟਿੰਗ ਸੂਟ ਲੈ ਕੇ ਆਏ ਹਾਂ ਦੁਬਾਰਾ, ਅਸੀਂ ਪਿੱਛੇ ਜੇ ਕਾਫੀ ਸੂਟ ਪਾਏ ਸੀ। ਸੋ ਇਹ ਹੈਗਾ ਜੀ ਲੈਮਨ ਕਲਰ, ਲੈਮਨ ਲਾਈਟ ਜਿਹਾ ਲੈਮਨ ਸ਼ੇਡ ਹੈ ਜੀ, ਬਹੁਤ ਹੀ ਪਿਆਰਾ ਜਿਹਾ। ਇਹਦੇ ਨਾਲ ਹੈਗਾ ਜਾਰਜਟ ਦਾ ਦੁਪੱਟਾ ਇਸ ਤਰ੍ਹਾਂ ਜੀ, ਸਾਰੇ ਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਹੈ, ਇਹ ਵੀ 4500 ਦਾ ਜੀ। ਸੋ ਇਹ ਸੀ ਜੀ ਕੁਛ ਰੈਡੀ ਸੂਟਸ। ਸੋ ਤੁਸੀਂ ਜਲਦੀ ਜਲਦੀ ਜਿਵੇਂ ਜਿਵੇਂ ਵੀਡੀਓ ਦੇਖੀ ਜਾਓਗੇ, ਨਾਲ ਦੀ ਨਾਲ ਤੁਸੀਂ ਮੈਸੇਜਸ ਕਰੋ, ਅਸੀਂ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਕਰਾਂਗੇ, ਸੋ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ। ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ, ਥੈਂਕ ਯੂ ਸੋ ਮਚ ਜੀ।